ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀਪ ਸਿੰਘ ਖਾਲਸਾ ਫੌਜ ਤੇ ਬਾਕੀ ਆਪਣੇ ਸਿੰਘ ਸਭਰਾਨ ਸਾਰੇ ਆਏ ਨੇ, ਲਾਲੀ ਤਰਨ ਤਾਰਨ ਵਾਲਾ ਵੀਰ ਇਹ ਵੀ ਹਾਜ਼ਰ ਆ। ਅਸੀਂ ਅੱਜ DCP ਸਾਹਿਬ ਜੀ ਨੂੰ ਮਿਲੇ ਆ, ਮੈਡਮ ਜੀ ਨੂੰ। ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਆਸ਼ਵਾਸਨ ਦਵਾ ਦਿੱਤਾ ਗਿਆ ਆ ਵੀ ਜਿਹੜਾ ਕਿ ਇਹ ਡੰਗਰ ਡਾਕਟਰ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਜੱਟਾਂ ਅਤੇ ਮਜ਼੍ਹਬੀਆਂ ਸਿੰਘਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਵੱਖ ਵੱਖ ਤਰ੍ਹਾਂ ਦੀ ਗੰਦੀ ਗੰਦੀ ਸ਼ਬਦਾਵਲੀ ਜੱਟਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਇਹ ਕਰ ਰਿਹਾ, ਜਾਤੀ ਸੂਚਕ ਸ਼ਬਦ ਬੋਲ ਰਿਹਾ। ਤੇ ਸਿਰਲੇਖ ਜਿਹੜਾ ਚੈਨਲ ਆ, ਉਸ ਆਦਮੀ ਨੇ ਇਸ ਡੰਗਰ ਡਾਕਟਰ ਨੂੰ ਖੁੱਲ੍ਹ ਦਿੱਤੀ ਹੋਈ ਵੀ ਤੂੰ ਜਿੱਦਾਂ ਮਰਜ਼ੀ ਸ਼ਬਦਾਵਲੀ ਗੰਦੀ ਮੰਦੀ ਮਾੜੀ ਚੰਗੀ ਬੋਲ, ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕਰਨ ਵਾਸਤੇ, ਤੇ ਇਹ ਡੰਗਰ ਡਾਕਟਰ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਸੀਂ ਮੰਗ ਪੱਤਰ, ਅੱਜ ਸਾਡੇ ਜਿਹੜੇ ਵੀਰ ਭਰਾ ਪਹਿਲਾਂ ਆਏ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ, ਹੁਣ ਅਸੀਂ ਇਹਨਾਂ ਨੂੰ ਮੈਡਮ ਉਹਨਾਂ ਨੂੰ ਮਿਲੇ ਹਾਂ। ਇਹਨਾਂ ਨੇ ਸਾਨੂੰ ਮੈਡਮ ਉਹਨਾਂ ਨੇ DCP ਇਹਨਾਂ ਨੇ ਆਸ਼ਵਾਸਨ ਦਵਾ ਦਿੱਤਾ ਵੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦਾਂਗੇ। ਤੇ ਬਾਕੀ ਤੁਸੀਂ ਕੁਛ ਸਵਾਲ, ਕੌਣ ਹੈ ਵਿਅਕਤੀ ਜਿਹੜਾ, ਨਾਮ ਕੀ ਉਹਦਾ, ਜਿਹੜਾ ਬੰਦਾ ਹੈ? ਇਹ ਹੈਗਾ ਜੀ ਆਪਣੇ ਆਪ ਨੂੰ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੱਸਦਾ ਆ, ਤੇ ਇਹ ਰੰਗਰੇਟਾ ਨੀਗਾ, ਆਹ ਜਿਹੜੇ ਸਾਡੇ ਨਾਲ ਸਿੰਘ ਸਾਹਿਬਾਨ ਆਏ ਇਹ ਸਾਰੀ ਹੀ ਰੰਗਰੇਟਾ ਫੌਜ ਆ, ਸਾਰੀ ਰੰਗਰੇਟਾ ਫੌਜ ਆ। ਰੰਗਰੇਟੇ ਦੇ ਜੋ ਅਰਥ ਆ, ਰੰਗਰੇਟੇ ਦਾ ਇੱਕ ਵਾਰ ਇੱਕ ਬੰਦਾ, ਹਾਂ, ਜੋ ਕਿ ਰੰਗਰੇਟੇ ਦੇ ਜੋ ਅਰਥ ਆ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਨਾਂ ਨੂੰ ਪਤਾ ਧੰਨ ਧੰਨ ਆਪਣੇ ਸਾਹਿਬ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਨੇ। ਇੱਥੇ ਕੋਈ ਹਰੇਕ ਬੰਦਾ ਆਪਣੇ ਨਾਂ ਦੇ ਨਾਲ ਲਾ ਕੇ ਰੰਗਰੇਟਾ ਬਣ ਕੇ ਸੰਗਤਾਂ ਨੂੰ ਗੁੰਮਰਾਹ ਕਰਕੇ ਤੇ ਜਾਤੀਵਾਦ ਫੈਲਾ ਰਿਹਾ, ਤੇ ਕੋਈ ਕਹਿੰਦਾ ਵੀ ਜੱਟਾਂ ਦੀਆਂ ਧੀਆਂ ਭੈਣਾਂ ਐਂ, ਜੱਟਾਂ ਦੀਆਂ ਧੀਆਂ ਭੈਣਾਂ ਔਂ। ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਇਹ ਜਿਹੜਾ ਬੰਦਾ ਪੰਜਾਬ ਦੇ ਵਿੱਚ ਭੜਕਾਊ ਭਾਸ਼ਣ ਕਰਕੇ ਵਾਇਲੇਸ਼ਨ ਫੈਲਾ ਰਿਹਾ ਆ, ਇਸ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ। ਅਤੇ ਔਰ ਇਹਦਾ ਸੋਸ਼ਲ ਮੀਡੀਆ ਦਾ ਜੋ YouTube ਚੈਨਲ ਆ ਉਸ ਨੂੰ ਵੀ ਬੈਨ ਕੀਤਾ ਜਾਵੇ, ਤੇ ਜੋ ਕਿ ਇਸਦਾ ਫੇਸਬੁੱਕ ਦਾ ਚੈਨਲ ਆ ਉਹਨੂੰ ਵੀ ਬੈਨ ਕੀਤਾ ਜਾਵੇ, ਤੇ ਇਹਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ। ਜੋ ਕਿ ਪੰਜਾਬ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਦੇ ਉੱਤੇ ਇਸ ਨੂੰ ਨੱਥ ਪਾਈ ਜਾਵੇ। ਅਸੀਂ ਆਏ ਹਾਂ ਅੰਮ੍ਰਿਤਸਰ ਸਾਹਿਬ ਤੋਂ, ਮਾਝਾ ਜ਼ਿਲ੍ਹਾ, ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ। ਹਾਂਜੀ ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡਾ ਵੀ ਵੀਰੋ ਧੰਨਵਾਦ, ਤੁਸੀਂ ਵੀ ਟਾਈਮ ਕੱਢ ਕੇ ਆਏ ਜੇ ਜਿਹੜੇ ਜਿਹੜੇ ਚੈਨਲ ਤੋਂ, ਤੇ ਸਾਰੇ ਅਸੀਂ ਰੰਗਰੇਟੇ ਵੀਰ ਆਏ ਹਾਂ, ਇਹਨਾਂ ਦਾ ਵੀ ਧੰਨਵਾਦ, ਠੀਕ ਹੈ, ਇਹਨਾਂ ਵੀ ਸਮਾਂ ਕੱਢਿਆ। ਬਾਕੀ ਇੱਕ ਮੂਰਖ ਬੰਦਾ ਹੈ ਲੁਧਿਆਣੇ 'ਚ ਬੈਠਾ, ਠੀਕ ਹੈ, 5 ਫੁੱਟ ਦਾ, ਕਦੀ ਉਹ ਕੁਛ ਬੋਲਦਾ, ਕਦੀ ਸ਼ਹੀਦਾਂ ਨੂੰ ਮਾੜਾ ਬੋਲਦਾ। ਹੌਲੀ ਹੌਲੀ ਉਹਨੇ ਸਾਡੇ ਗੁਰੂਆਂ 'ਤੇ ਵੀ ਉਂਗਲ ਚੱਕੀ, ਅਤੇ ਹੁਣ ਸਾਡੀਆਂ ਭੈਣਾਂ ਨੂੰ ਕਹਿੰਦਾ ਵੀ ਤੁਹਾਡੀਆਂ ਜਿਹੜੀਆਂ ਕੁੜੀਆਂ ਉਹ ਬਈਆਂ ਦੇ ਨਾਲ ਤੁਰੀਆਂ ਫਿਰਦੀਆਂ, ਅਤੇ ਇੱਕ ਦਿਨ ਬਈਆਂ ਨੇ, ਮਤਲਬ ਤੁਹਾਡਾ ਇੱਥੇ ਜੋ ਵੀ ਆ ਮੈਂ ਬੋਲ ਨਹੀਂ ਸਕਦਾ, ਇੰਨਾ ਗੰਦ ਅਸੀਂ ਸੁਣ ਵੀ ਨਹੀਂ ਸਕਦੇ। ਪਹਿਲਾਂ 2021-22 ਦੇ ਵਿੱਚ ਵੀ ਅਸੀਂ ਲੋਕਾਂ ਨੂੰ ਸਮਝਾਉਂਦੇ ਰਹੇ ਵੀ ਟਾਈਮ ਨਾਲ ਕੁਝ ਕਰੀਏ, ਪਰ ਇਹ ਬੰਦਾ ਕਮਰੇ 'ਚ ਬਹਿ ਕੇ ਇਹਨੇ ਗਨਮੈਨ ਲੈਣਾ ਹੀ ਲੈ ਲਿਆ। ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿਵੇਂ ਅੱਗੇ ਵੀ ਮੈਂ ਦੱਸਿਆ ਵੀ ਜਿਵੇਂ ਅੱਗੇ ਜਿਹੜੇ ਅਵਾਰਾ ਕੁੱਤੇ ਤੁਰੇ ਫਿਰਦੇ ਆ ਉਹਨਾਂ ਨੂੰ ਪਾਣੀ ਦਿੰਦੇ ਦਵਾਈ, ਤੇ ਹੁਣ ਜਿਹੜੇ ਇਹੋ ਜਿਹੇ ਤੁਰੇ ਫਿਰਦੇ ਆ ਕੀ ਨਾਲ ਦਾ, ਇਹਨਾਂ ਨੂੰ ਛੁੱਟੋ ਜੇਲ੍ਹ ਦੇ ਵਿੱਚ ਦਵਾਈ ਦਵੂਈ ਪਾ ਕੇ ਕੋਈ, ਠੀਕ ਆ, ਇਹਦੇ ਬੜਾ ਸੌਖਾ ਕੰਮ ਆ। ਆਪਣੇ ਪੰਥ ਦਾ ਖਾਓ, ਆਪਣੇ ਪੰਥ ਦੇ ਵਿਰੋਧ ਹੋ ਜਾਓ, ਤੇ ਮੁੜ ਕੇ ਤੋਂ ਗਨਮੈਨ ਲੈ ਲਓ। ਮੈਂ ਤੇ ਮੈਡਮ ਨੂੰ ਕਿਹਾ, ਮੈਡਮ ਅੰਮ੍ਰਿਤਸਰ ਤੋਂ ਹਾਂ, ਮੈਂ ਕਿਹਾ ਮੈਡਮ ਫਿਰ ਅਸੀਂ ਵੀ ਇੱਦਾਂ ਹੀ ਕਰਦੇ ਹਾਂ, ਜੇ ਤੁਸੀਂ ਕਾਰਵਾਈ ਕੀਤੀ ਠੀਕ ਆ, ਨਹੀਂ ਤੇ ਭਾਊ ਅਸੀਂ ਵੀ ਗਾਂ ਤੋਂ ਕੀ ਨਾਲ ਇਹਦਾ ਉਲਟ ਉਲਟ ਬੋਲ ਕੇ 2 ਗਨਮੈਨ ਲੈਨੇ, ਨਾਲ ਗੱਡੀ ਮਿਲਣੀ ਸਰਕਾਰੀ, ਜਿਹੜਾ ਕੋਈ ਕਹਿੰਦਾ ਰਹੇ ਸਾਨੂੰ ਕੀ ਲੱਗੇ। ਇਹ ਕਰਕੇ ਇਹੋ ਬੇਨਤੀ ਕਰਦੇ ਹਾਂ ਵੀ ਭਾਈ ਜੇ ਹੁਣ ਨੱਥ ਨਾ ਪਾਈ
ਫਿਰ ਜਿਹੜੇ ਆ ਵੀਰ ਸਾਡੇ ਨਾਲ ਆਇਆ ਇਹ ਕੁੰਡਾ ਡੰਡਾ ਇੱਥੇ ਕ ਲਾਵਾਂਗੇ, ਫਿਰ ਜਿੰਨੇ ਕੁੱਟਣਾ ਮਾਰਨਾ ਜੋ ਮਰਜ਼ੀ ਕਰ ਲੇ। ਸਰਕਾਰ ਨੂੰ ਬੇਨਤੀ ਹੈ, ਮੈਂ ਤੇ ਕਹਿੰਦਾ ਵਾ ਵੀ ਜੇ ਤੁਹਾਡੇ ਚ ਬਾਬਾ ਜੀ ਜੇ ਇਹਨਾਂ ਚ ਦਿਲ ਵਾ, ਹੈ ਜਿੰਨੇ ਵੀ ਇਹ ਹੈਗੇ ਦੋ ਚਾਰ ਲੰਗੌੜਾਂ ਜੀਆਂ, ਜੇ ਤੁਹਾਡੇ ਚ ਦਿਲ ਹੈ ਭਾਈ, ਪਹਿਲੀ ਗੱਲ ਤੇਰੇ ਏਰੀਏ ਚ ਆਏ ਮੁੱਕਰੀ ਗੱਲ, ਹੁਣ ਤੂੰ ਆ ਜਾ ਇੱਥੇ ਪ੍ਰਸ਼ਾਸਨ ਨੇ, ਠੀਕ ਆ, ਜਿਹੜੀ ਤੂੰ ਡਿਬੇਟ ਕਰਨੀ ਆ ਇਹ ਜੱਟਾਂ ਨਾਲ ਕਰਨੀ ਹੈ, ਮੈਂ ਜੱਟ ਸ਼ਬਦ ਕਹਿਣਾ ਨਹੀਂ ਚਾਹੁੰਦਾ, ਇਹਨੇ ਹੀ ਸਾਨੂੰ ਸਿਖਾਇਆ, ਠੀਕ ਆ, ਜੇ ਆਪਣੇ ਮਜ਼ਹਬੀ ਸਿੰਘ ਵੀਰਾਂ ਨਾਲ ਕਰਨੀ ਇਹਨਾਂ ਨਾਲ ਕਰ ਲੈ, ਇਹ ਵੀ ਆਏ ਆ, ਠੀਕ ਆ, ਤੂੰ ਜਿੱਦਾਂ ਦੀ ਵੀ ਭੁੱਖ ਮਤਲਬ ਤੇਰੇ ਅੰਦਰ ਇਹਨੂੰ ਕੱਢ ਲਾ, ਤੇ ਜੇ ਕਮਰੇ ਚ ਬਹਿ ਕੇ ਤੇ ਮੁੜ ਕੇ ਡਰਨਾ ਵੀ ਆ ਵੀ ਅਸੀਂ ਅਸੀਂ ਨਿਕਲਾਂਗੇ, ਕੋਈ ਸਾਨੂੰ ਮਤਲਬ ਵੀ ਕੋਈ ਕਰਨਾ ਦੇਵੇ, ਫਿਰ ਦੋ ਗਨਮੈਨ ਇੱਥੇ ਆਣ ਕੇ ਤਰਲੇ ਮਾਰਦੇ ਆ, ਮੈਨੂੰ ਬਚਾ ਲਓ, ਮੇਰੀ ਜਾਨ ਨੂੰ ਬਚਾ ਲਓ, ਦੋ ਗਨਮੈਨ ਹੀ ਦੇ ਦਿਓ, ਠੀਕ ਹੈ, ਸਾਨੂੰ ਤਾਂ ਗਨਮੈਨ ਹੀ ਦੇਖਦੇ ਆ, ਕੀ ਪਤਾ ਕਿੰਨਾ ਕਿੰਨਾ ਦੇ ਪੈਰ ਫੜ ਕੇ ਇਹਨਾਂ ਨੇ ਗਨਮੈਨ ਲਏ। ਮੈਂ ਤਾਂ ਇਹ ਆਹਨਾ ਵੀ ਅੱਜ ਵੀ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਮੰਗ ਲਏ ਸੰਗਤ ਦੇ ਕੋਲੋਂ, ਕੋਈ ਕੁਛ ਨਹੀਂ ਇਹਨੂੰ ਹੱਥ ਲਾਊ, ਜਾ ਆਪਣੀ ਗਰੰਟੀ ਆ, ਬਿਲਕੁਲ ਕੋਈ ਕੋਈ ਹੱਥ ਨਹੀਂ ਇਹਨੂੰ ਲਾ ਸਕਦਾ, ਤੇ ਅੱਜ ਵੀ ਮਾਫੀ ਮੰਗ ਲਏ ਜਿਹੜੇ ਜਿਹੜੇ ਵੀਰਾਂ ਭਰਾਵਾਂ ਦੇ ਉਹਨਾਂ ਦੇ ਮਾਵਾਂ ਭੈਣਾਂ ਦੇ ਖਿਲਾਫ ਇਹਨੇ ਗੰਦੀ ਸ਼ਬਦਾਵਲੀ ਬੋਲੀ ਆ, ਅਸੀਂ ਆਪਣੇ ਆਪ ਸਾਰੇ ਵੀਰ ਭਰਾ ਰੰਗਰੇਟਾ ਫੌਜਾਂ ਰਲ ਮਿਲ ਕੇ ਪਿੰਡਾਂ ਥਾਵਾਂ ਦੇ ਵਿੱਚ ਰਹਿ ਰਹੇ ਹਾਂ, ਕੋਈ ਕਿਸੇ ਦੇ ਨਾਲ ਲੜਾਈ ਨਹੀਂ, ਕੋਈ ਝਗੜਾ ਨਹੀਂ, ਕਦੀ ਆਂਦਾ ਪਿੰਡਾਂ ਮਜ਼ਹਬੀ ਸਿੰਘਾਂ ਨੂੰ ਭੜਕਾਊ ਭਾਸ਼ਣ ਕਰਕੇ ਕਹਿੰਦਾ ਉਹ ਤੁਹਾਨੂੰ ਮੈਂ ਜਗਾਇਆ, ਉਹ ਤੁਹਾਨੂੰ ਮੈਂ ਜਗਾਇਆ, ਉਹ ਤੁਸੀਂ ਜੱਟਾਂ ਦੀਆਂ ਕੁੰਡੀਆਂ ਵਿੱਚ ਹੱਥ ਮਾਰਦੇ ਆ, ਤਾਂ ਕਾਹਦੇ ਵਾਸਤੇ ਹੱਥ ਮਾਰਦੇ ਆ, ਇਹਨੂੰ ਪੁੱਛੇ ਵੀ ਉਹ ਆਪਣਾ ਕੰਮ ਧੰਦਾ ਕਰਦੇ, ਆਪਣਾ ਕੋਈ ਤੋੜੀ ਫੁਲਕਾ ਚਲਾਉਂਦੇ ਆ ਵਿਚਾਰੇ ਗਰੀਬ ਗੁਰਬੇ, ਕਿਹੜਾ ਕੋਈ ਸਰਕਾਰ ਨੇ ਨੌਕਰੀ ਦਿੱਤੀ, ਜਾਂ ਫਿਰ ਤੂੰ ਏਦਾਂ ਕਰ 20,000 ਰੁਪਇਆ ਇਹਨਾਂ ਦੇ ਅਕਾਊਂਟਾਂ 'ਚ ਪਾ। ਵਾਇਲੇਸ਼ਨ ਪੰਜਾਬ 'ਚ ਪੈਦਾ ਹੋਵੇ ਤਾਂ ਪਹਿਲਾਂ ਨੱਥ ਪਾਓ, ਪਹਿਲਾਂ ਨੱਥ ਪਾਓ, ਇਹਨੂੰ ਰੋਕੋ ਪਹਿਲਾਂ ਹੀ, ਮੁੜ ਕੇ ਕੋਈ ਲੱਤਾਂ ਛਾਂਗੂਗਾ ਕੋਈ। ਨਾਲੇ ਪਤਾ ਗੱਲ ਕੀ ਆ, ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਤੁਸੀਂ ਬਣਾਇਆ ਭਲਾ ਕਾਹਦੇ ਵਾਸਤੇ ਆ, ਸਮਾਜ ਦੀ ਸੇਵਾ ਵਾਸਤੇ ਪੁਲਿਸ ਪ੍ਰਸ਼ਾਸਨ ਬਣਾਇਆ, ਜਦੋਂ ਇੱਕ ਸਮਾਜ ਨੂੰ ਬੰਦਾ 3 ਫੁੱਟ ਦਾ ਬੰਦਾ, ਟੱਟੂ ਬੰਦਾ, ਡੰਗਰ ਡਾਕਟਰ, ਦੋਵੇਂ ਪੈਰਾਂ ਦਾ ਬੰਦਾ ਜਿਹੜਾ ਕਿ ਇੱਕ ਪਾੜਾ ਪਾ ਰਿਹਾ ਪੰਜਾਬ ਦੇ ਵਿੱਚ, ਮਾਹੌਲ ਨੂੰ ਖਰਾਬ ਕਰਨ ਡਿਆ, ਇੱਕ ਗੰਧਲਾ ਮਾਹੌਲ ਪੈਦਾ ਕਰਨ ਡਿਆ, ਕੀ ਗੱਲ ਉਹਦੇ ਉੱਤੇ ਨੱਥ ਨਹੀਂ ਪਾਈ ਜਾਂਦੀ ਤੁਹਾਡੇ ਕੋਲ? ਭਾਈ ਸਾਹਿਬ ਇੱਕ ਬਿਆਨ ਆਇਆ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ, ਉਹ ਕਹਿੰਦੇ ਰੰਗਰੇਟਾ ਨਹੀਂ ਵੀਰ ਜੀ ਕਹਿਣਾ, ਰੰਗਰੇਟਾ ਇਹਨਾਂ ਨੂੰ ਕਹਿਣਾ, ਆਹ ਵੇਖੋ ਰੰਗਰੇਟੇ ਸਾਡੇ। ਅੱਛਾ ਜੀ, ਹਾਂ, ਉਹਨਾਂ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਵੀ ਭਾਈ ਉਸ ਚੈਨਲ ਨੇ TRP ਲੈਣ ਖਾਤਰ ਮੇਰੀ ਜਿਹੜੀ ਵੀਡੀਓ ਕੱਟ ਕੇ ਅੱਗੇ ਲਾਤੀ ਹਾਈਲਾਈਟ ਦੇ ਤੌਰ ਤੇ, ਉਹ ਉਹਨਾਂ ਨੂੰ ਕਸੂਰਵਾਰ ਮੰਨਦੇ ਨੇ? ਨਹੀਂ, ਤੁਹਾਡਾ ਕੀ ਖਿਆਲ? ਕਸੂਰਵਾਰ ਉਹਨਾਂ ਨੂੰ ਨਹੀਂ ਮੰਨਦੇ, ਇਹਨੇ ਗਾਣਾ ਗਾਇਆ, ਇਹਨੇ ਗਾਣਾ ਗਾ ਕੇ ਉਹ ਬੰਦਾ ਲਾਗੇ ਬੈਠਾ, ਬਕਾਇਦਾ ਹੀ ਵੇਖਣ ਡੇ ਆ, ਇੱਕ ਬੰਦਾ ਕੈਮਰੇ ਨਾਲ ਵੀਡੀਓ ਬਣਾਉਣ ਡਿਆ, ਉਹ ਬੰਦਾ ਲਾਗੇ ਬੈਠਾ ਤੇ ਨਾਲ ਹੀ ਇਹ ਬੈਠਾ ਡੰਗਰ, ਤੇ ਵੀਡੀਓ ਬਣਦੀ ਤਾਂ ਵੀਡੀਓ ਫਿਰ ਉੱਤੋਂ ਕਿਸੇ ਹੋਰ ਕੇ ਪਰਿੰਦੇ ਨੇ ਬਣਾਤੀ ਆ, ਹੈ ਇਹਨਾਂ ਨੂੰ ਪੁੱਛਿਆ ਜਾਵੇ ਸਾਨੂੰ ਮੂਰਖ ਬਣਾਉਂਦੇ ਆ, ਅਸੀਂ ਮੂਰਖ ਆ। ਗੱਲ ਇਹ ਆ ਵੀ ਪ੍ਰਸ਼ਾਸਨ, ਹਾਂਜੀ ਹਾਂਜੀ, ਤੁਸੀਂ ਮੰਗ ਪੱਤਰ ਦੇ ਕੇ ਆਏ ਹੋ? ਮੰਗ ਪੱਤਰ ਦੇਤਾ ਆਪਣੀ ਮੈਡਮ ਭੈਣ ਜੀ DCP, ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਸਿੰਘ ਸਾਹਿਬ ਕੁਝ ਦਿਨਾਂ ਦੇ ਵਿੱਚ ਕਾਰਵਾਈ ਕਰਕੇ ਤੇ ਉਹਨੂੰ ਸੈੱਲ ਦੇ ਵਿੱਚ ਸੁੱਟਿਆ ਜਾਊਗਾ, ਤੇ ਜੇਕਰ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀ, ਮੈਂ ਮੈਡਮ ਜੀ ਜੇਕਰ ਇਹ ਕਾਰਵਾਈ ਨਾ ਹੋਈ ਤੇ ਫਿਰ? ਫਿਰ ਕਹਿੰਦੇ ਨਹੀਂ ਏਦਾਂ ਦੀ ਗੱਲ ਨਹੀਂ ਹੋਈ। ਮੈਂ ਜੇ ਮੈਡਮ ਜੀ ਨਾ ਕਾਰਵਾਈ ਕੀਤੀ ਤੇ ਫਿਰ ਬਿਆਸ ਵਾਲਾ ਪੁਲ ਤੇ ਸਾਰਿਆਂ ਨੂੰ ਦੇਖਦਾ, ਟਰੈਕਟਰ ਟਰਾਲੀਆਂ ਉੱਥੇ ਖੜੀਆਂ ਕਰਕੇ ਅਸੀਂ ਬੰਦ ਕਰ ਦੇਣਾ ਪੁਲ।